ਤੁਸੀਂ ਦੇਖ ਰਹੇ ਹੋ ਤਾਂ ਟੀਵੀ ਐਨਆਰਆਈ ਤੇ ਮੈਂ ਤੁਹਾਡੇ ਨਾਲ ਰੰਜਨਾ ਸ਼ਰਮਾ। ਬੀਤੀ ਰਾਤ ਅਤੀਕ ਅਹਿਮਦ ਤੇ ਅਸ਼ਰਫ ਦਾ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਕਤਲ ਕੀਤਾ ਗਿਆ ਸੀ। ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਸ ਵੇਲੇ ਮਾਹੌਲ ਯੂਪੀ ਦੇ ਪ੍ਰਯਾਗਰਾਜ ਦੇ ਵਿੱਚ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਸੀ ਤੇ ਭਾਜੜਾ ਤੱਕ ਪੈ ਗਈਆਂ ਸੀ। ਤੇ ਦੱਸ ਦਈਏ ਤੁਹਾਨੂੰ, ਇਹ ਗੋਲੀਆਂ ਉਸ ਵੇਲੇ ਚਲਾਈਆਂ ਗਈਆਂ ਸੀ ਜਿਸ ਵੇਲੇ ਪੱਤਰਕਾਰਾਂ ਨੂੰ ਜਿਹੜਾ ਹੈ ਬਾਈਟ ਦੇ ਰਹੇ ਹੁੰਦੇ ਨੇ ਦੋਨੋਂ ਜਾਣੇ, ਤਾਂ ਉਸ ਦੌਰਾਨ ਜਿਹੜਾ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ। ਤਾਂ ਇਸ ਮਾਮਲੇ ਦੇ ਵਿੱਚ ਹੁਣ ਸੂਬੇ ਦੀ ਪੁਲਿਸ ਜਿਹੜੀ ਹੈ ਲਗਾਤਾਰ ਚੌਕੰਨੀ ਹੁੰਦੀ ਹੋਈ ਨਜ਼ਰ ਆ ਰਹੀ ਹੈ, ਚੌਕੰਨੀ ਹੁੰਦੀ ਹੋਈ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ, ਕਿਉਂਕਿ ਐਕਸ਼ਨ ਮੋਡ ਵੀ ਦੇਖਿਆ ਜਾ ਰਿਹਾ। ਦੱਸ ਦਈਏ ਤੁਹਾਨੂੰ ਕਿ ਯੂਪੀ ਦੇ ਸੀਐਮ ਯੋਗੀ ਦੇ ਵੱਲੋਂ ਜਿਹੜਾ ਹੁਣ ਸੂਬੇ ਦੇ ਵਿੱਚ 144 ਧਾਰਾ ਜਿਹੜੀ ਹੈ ਲਗਾ ਦਿੱਤੀ ਗਈ ਹੈ, ਪੂਰੇ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਤੈਨਾਤ ਕੀਤੀ ਗਈ ਹੈ, ਹਰ ਪਾਸੇ ਪੁਲਿਸ ਹੀ ਪੁਲਿਸ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਰਾਤ ਦੇ ਵੇਲੇ ਵੱਡੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤਿੰਨ ਵਿਅਕਤੀਆਂ ਦੇ ਵੱਲੋਂ। ਤਾਂ ਇਸ ਤੋਂ ਇਲਾਵਾ ਤਿੰਨ ਵਿਅਕਤੀਆਂ ਦੀ ਜਿਹੜੀ ਇੱਕ ਕਮੇਟੀ ਵੀ ਬਣਾਈ ਗਈ ਹੈ, ਕਮੇਟੀ ਬਣਾਈ ਗਈ ਹੈ ਤਾਂ ਜੋ ਜਾਂਚ ਪੜਤਾਲ ਇਸ ਪੂਰੇ ਮਾਮਲੇ ਦੀ ਕੀਤੀ ਜਾਵੇ। ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਕੱਲ੍ਹ ਰਾਤ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਦੱਸ ਦਈਏ ਤੁਹਾਨੂੰ ਕਿ ਮੈਡੀਕਲ ਕਰਵਾਉਣ ਵਾਸਤੇ ਅਤੀਕ ਅਹਿਮਦ ਤੇ ਅਸ਼ਰਫ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤੇ ਉਸ ਦੌਰਾਨ ਮਾਹੌਲ ਬਿਲਕੁਲ ਸ਼ਾਂਤ ਸੀ। ਪੁਲਿਸ ਜਿਹੜੀ ਆਸ ਪਾਸ ਨਜ਼ਰ ਆਉਂਦੀ ਹੈ, ਵੱਡੀ ਗਿਣਤੀ 'ਚ ਪੁਲਿਸ ਤੱਕ ਤੈਨਾਤ ਹੁੰਦੀ ਹੈ, ਲੇਕਿਨ ਹੈਰਾਨੀ ਵਾਲੀ ਗੱਲ ਹੈ ਤਿੰਨ ਵਿਅਕਤੀ ਵੀ ਨਾਲ ਚੱਲ ਰਹੇ ਹੁੰਦੇ ਨੇ ਜਿਸ ਵੇਲੇ ਮੈਡੀਕਲ ਕਰਵਾਉਣਾ ਹੁੰਦਾ ਤੇ ਉਸ ਵੇਲੇ ਬਾਈਟਸ ਜਿਹੜੀਆਂ ਨੇ ਪੱਤਰਕਾਰਾਂ ਦੇ ਵੱਲੋਂ ਲਈਆਂ ਜਾ ਰਹੀਆਂ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਨੋਂ ਅਤੀਕ ਅਹਿਮਦ ਅਤੇ ਅਸ਼ਰਫ ਜਿਹੜੇ ਨੇ ਨਜ਼ਰ ਆਉਂਦੇ ਨੇ, ਲੇਕਿਨ ਉਸੇ ਦੌਰਾਨ ਜਿਹੜਾ ਹੈ ਗੋਲੀਆਂ ਦੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਤੇ ਸਿੱਧਾ ਨਿਸ਼ਾਨਾ ਦੋਨਾਂ ਨੂੰ ਬਣਾਉਂਦਿਆਂ ਹੋਇਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਮੁੜ ਕੇ ਜਿਹੜਾ ਆਪਣੇ ਆਪ ਨੂੰ ਸਰੈਂਡਰ ਵੀ ਕੀਤਾ ਜਾਂਦਾ ਹੈ ਤੇ ਜੈ ਸ਼੍ਰੀ ਰਾਮ ਦੇ ਨਾਰੇ ਇਹਨਾਂ ਵਿਅਕਤੀਆਂ ਦੇ ਵੱਲੋਂ, ਇਹਨਾਂ ਦੋਸ਼ੀਆਂ ਦੇ ਵੱਲੋਂ ਲਗਾਏ ਜਾਂਦੇ ਨੇ। ਤਾਂ ਤਸਵੀਰਾਂ ਵਿੱਚ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਹੁਣ ਇਸ ਪੂਰੇ ਮਾਮਲੇ ਦੇ ਵਾਸਤੇ ਜਾਂਚ ਪੜਤਾਲ ਦੇ ਵਾਸਤੇ ਤਿੰਨ ਵਿਅਕਤੀਆਂ ਦੀ ਅਧਿਕਾਰੀਆਂ ਦੀ ਜਿਹੜੀ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਕਮੇਟੀ ਬਣਾਉਣ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਜਾਂਚ ਪੜਤਾਲ ਹੋਵੇਗੀ, ਲੇਕਿਨ ਇਲਾਕੇ ਦਾ ਮਾਹੌਲ ਜਿਹੜਾ ਸੂਬੇ ਦਾ ਮਾਹੌਲ ਕਾਫੀ ਜ਼ਿਆਦਾ ਹੁਣ ਖਰਾਬ ਹੋ ਚੁੱਕਾ ਹੈ। ਧਾਰਾ 144 ਲਗਾ ਦਿੱਤੀ ਗਈ ਹੈ ਸੀਐਮ ਯੋਗੀ ਦੇ ਵੱਲੋਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਯੋਗ ਹੋਵੇਗਾ ਕਿ ਇਸ ਪੂਰੇ ਮਾਮਲਾ ਜਿਹੜਾ ਕਿਹੜਾ ਨਵਾਂ ਮੋੜ ਲਵੇਗਾ। ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੇ ਟੀਵੀ ਐਨਆਰਆਈ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ ਐਨਆਰਆਈ ਮੈਰਿਜ ਬਿਊਰੋ। ਐਨਆਰਆਈ ਮੈਰਿਜ ਬਿਊਰੋ, ਫਾਈਂਡ ਯੋਰ ਪਰਫੈਕਟ ਹਿਊਮਨ।